ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿੰਨੇ ਵੀ ਸੱਜਣ ਮਿੱਤਰ ਦੋਸਤ ਅਤੇ ਖਾਸ ਕਰਕੇ ਪ੍ਰਿੰਟ ਮੀਡੀਆ ਸੋਸ਼ਲ ਮੀਡੀਆ ਤੋਂ ਆਏ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇਸ ਯੋਗ ਸਮਝਿਆ ਕਿ ਸਮਾਜ ਦੇ ਵਿੱਚ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਆ ਰਹੀਆਂ ਨੇ ਅਤੇ ਕਿਵੇਂ ਆਪਾਂ ਉਹਨਾਂ ਲੋਕਾਂ ਨੂੰ ਕਿਵੇਂ ਲੋਕਾਂ ਨੂੰ ਬਚਾ ਸਕਦੇ ਹਾਂ ਪ੍ਰੋਬਲਮਸ ਤੋਂ। ਉਹਦੇ ਵਾਸਤੇ ਇਹ ਪ੍ਰੋਬਲਮ ਕਿਵੇਂ ਲੋਕ ਫੇਸ ਕਰ ਰਹੇ ਆ, ਕਿਵੇਂ ਲੋਕਾਂ ਨੂੰ ਬਚਾਇਆ ਜਾ ਸਕਦਾ ਔਰ ਕਿਹੜੀ ਕਿਹੜੀ ਅਵੇਅਰਨੈਸ ਦੀ ਅੱਜ ਲੋੜ ਹੈ, ਉਹਦੇ ਵਾਸਤੇ ਇਹ ਅਸੀਂ ਪ੍ਰੈਸ ਕਾਨਫਰੰਸ ਰੱਖੀ ਹੈ। ਮੈਂ ਪਿਛਲੇ ਤਕਰੀਬਨ 22-23 ਸਾਲ ਤੋਂ ਇਸ ਜਗਦੀਪ ਆਯੁਰਵੈਦਿਕ ਰਿਸਰਚ ਸੈਂਟਰ ਡਾਕਟਰ JD ਆਯੁਰਵੈਦਾ ਦੇ ਕਾਰੋਬਾਰ ਨੂੰ ਦੇਖ ਰਹੇ ਹਾਂ। 119 ਸਾਲ ਪੁਰਾਣੀ ਫਰਮ ਹੈ ਜੀ ਇਹ, ਜਿਹਦੇ ਵਿੱਚ ਆਯੁਰਵੈਦਿਕ ਦਵਾਈਆਂ ਬਣਦੀਆਂ, ਆਯੁਰਵੈਦਿਕ ਪ੍ਰੋਡਕਟ ਬਣਦੇ ਆ, ਲੋਕਾਂ ਦੀ ਹੈਲਥ ਅਤੇ ਵੈਲਥ ਵਾਸਤੇ ਮੈਨੂਫੈਕਚਰਿੰਗ ਅਸੀਂ ਕਰਦੇ ਹਾਂ। ਇਸ ਤੋਂ ਇਲਾਵਾ ਪਹਿਲਾ ਪ੍ਰੋਡਕਟ ਹੈ ਹਿੰਦੁਸਤਾਨ ਦੇ ਵਿੱਚ ਜਿਹੜਾ ਲਾਂਚ ਹੋਇਆ, ਜਿਹੜਾ ਕੋਲੋਸਟ੍ਰੋਮ ਮਿਲਕ ਤੋਂ ਬਣਦਾ ਹੈ, ਬੌਲੀ ਜਿਹਨੂੰ ਆਪਾਂ ਕਹਿੰਦੇ ਹਾਂ ਪੰਜਾਬੀ 'ਚ, ਇਹਨੂੰ ਬੌਲੀ ਕਹਿੰਦੇ ਆ, ਵੈਸੇ ਕੋਲੋਸਟ੍ਰੋਮ ਮਿਲਕ ਕਹਿੰਦੇ ਆ, ਖੀਸ ਵੀ ਕਹਿੰਦੇ ਆ ਅਤੇ ਕੀਲਾ ਵੀ ਕਹਿੰਦੇ ਆ। ਇਹ ਪਹਿਲਾ ਪ੍ਰੋਡਕਟ ਹੈ ਜਿਹੜਾ ਕਿ ਗਾਈਆਂ ਦੇ ਪਹਿਲੇ ਦੁੱਧ ਤੋਂ ਬਣਦਾ ਹੈ ਔਰ ਇਹਦੇ ਨਾਲ ਅੱਜ ਹਿੰਦੁਸਤਾਨ ਦੇ ਹਰ ਬੰਦੇ ਨੂੰ ਲੋੜ ਹੈ, ਹਰ ਬੰਦੇ ਹਰ ਵਰਗ ਦੀ ਉਮਰ ਦੇ ਬੰਦੇ ਨੂੰ ਲੋੜ ਹੈ, ਕਿਉਂਕਿ ਸਾਡੇ ਕੋਲ ਖੁਰਾਕ ਦਾ ਸਰੋਤ ਬਿਲਕੁਲ ਖਤਮ ਹੋ ਗਿਆ। ਅੱਜ ਸਾਡੇ ਕੋਲ ਖਾਣ ਪੀਣ ਦੀਆਂ ਚੀਜ਼ਾਂ ਡਾਈਟ ਵਾਸਤੇ, ਖੁਰਾਕ ਵਾਸਤੇ, ਔਰ ਇਸ ਤੋਂ ਵੱਡੀ ਗੱਲ ਹੈ ਕਿ ਲੋਕ ਇੰਨੇ ਜ਼ਿਆਦਾ ਬਿਜ਼ੀ ਨੇ ਕੰਮ ਕਾਰ ਦੇ ਵਿੱਚ, ਦਿਮਾਗੀ ਤੌਰ 'ਤੇ ਸਟ੍ਰੈਸ ਹੈ ਲੋਕਾਂ 'ਤੇ ਔਰ ਖੁਰਾਕ ਦਾ ਸਰੋਤ ਘੱਟ ਹੈ, ਲੋਕਾਂ ਦੀ ਆਯੂ ਘੱਟ ਰਹੀ ਹੈ, ਲੋਕ ਕਿਸੇ ਨਾ ਕਿਸੇ ਪ੍ਰੋਬਲਮ ਦਾ ਸ਼ਿਕਾਰ ਹੋ ਰਹੇ, ਮਰੀਜ਼ ਬਣ ਰਹੇ। ਇਹ ਪਹਿਲਾ ਪ੍ਰੋਡਕਟ ਹੈ ਜਿਹੜਾ ਡੈਨਮਾਰਕ ਤੋਂ ਗਾਈਆਂ ਦੀ ਬੌਲੀ ਲਿਆ ਕੇ ਵਿੱਚੋਂ H2O ਕੱਢ ਕੇ ਕੋਕੋ ਗਾਨਾ ਬਟਰ ਅਤੇ ਰੋ ਚੋਕਲੇਟ ਪਾ ਕੇ ਬਣਾਇਆ ਜਾਂਦਾ। ਖਾਸ ਕਰਕੇ ਇਸ ਪ੍ਰੋਡਕਟ ਦਾ ਜਿਹੜਾ ਕੰਮ ਹੈ, ਇਹਦੇ 'ਚ ਪ੍ਰੋਟੀਨ ਦੀ ਮਾਤਰਾ ਅਤੇ ਵਿਟਾਮਿਨ ਈ ਹੁੰਦਾ ਹੈ ਔਰ ਇਹ ਹਿੰਦੁਸਤਾਨ 'ਚ ਪਹਿਲੀ ਕੰਪਨੀ ਹੈ ਡਾਕਟਰ JD ਆਯੁਰਵੈਦਾ ਜਿਹੜੀ ਇਸ ਪ੍ਰੋਡਕਟ ਨੂੰ ਬਣਾਉਂਦੀ ਹੈ। ਆਯੁਰਵੈਦਿਕ ਦੇ ਪਹਿਲੇ ਪ੍ਰੋਡਕਟ ਅਸੀਂ ਬਣਾ ਰਹੇ ਜਿਹੜੇ ਚੋਕਲੇਟ ਫੋਰਮ 'ਚ ਹੈ, ਤਾਂ ਕਿ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬਜ਼ੁਰਗਾਂ ਦੀ ਉਮਰ ਤੱਕ ਜਿੰਨੇ ਤਰ੍ਹਾਂ ਦੇ ਤੱਤ ਲੋਕਾਂ ਨੂੰ ਚਾਹੀਦੇ ਹੈ, ਉਹ ਸਾਰੇ ਤੱਤ ਇਹਨਾਂ ਨਾਲ ਪੂਰੇ ਕੀਤੇ ਜਾਣ, ਲੋਕਾਂ ਦੀ ਹੈਲਥ ਚੰਗੀ ਰਹੇ, ਸਿਹਤ ਚੰਗੀ ਰਹੇ, ਲੋਕ ਬਿਮਾਰੀਆਂ ਤੋਂ ਬਚਣ ਔਰ ਇਮਿਊਨਿਟੀ ਲੋਕਾਂ ਦੀ ਵਧੇ, ਕਿਉਂਕਿ ਹੁਣ ਖਾਣ ਪੀਣ ਦਾ ਸਰੋਤ ਘੱਟ ਗਿਆ, ਖੁਰਾਕ ਘੱਟ ਗਈ ਹੈ। ਇਸ ਤੋਂ ਇਲਾਵਾ ਜਿਹੜਾ ਦੂਸਰਾ ਪ੍ਰੋਡਕਟ ਹੈ, ਇਹ ਪ੍ਰੋਡਕਟ ਹੈਗਾ ਲੀਵਰ ਸੈਨੀਟਾਈਜ਼ਰ। ਇਸ ਪ੍ਰੋਡਕਟ ਦੀ ਖਾਸੀਅਤ ਹੈ, ਇੱਥੋਂ ਕਰ ਦੂਸਰਾ ਪ੍ਰੋਡਕਟ ਹੈਗਾ ਇਹ ਲੀਵਰ ਸੈਨੀਟਾਈਜ਼ਰ, ਜਿਹੜੇ ਅੱਜ ਲੋਕਾਂ ਨੂੰ 70-80% ਲੋਕ ਜਿਹੜੇ ਆ ਲੀਵਰ ਦੇ ਸ਼ਿਕਾਰ ਹੋ ਰਹੇ ਆ। ਲੀਵਰ ਦੇ ਅੰਦਰ ਗਰਮੀ ਪੈਣ ਕਰਕੇ, ਖਾਣ ਪੀਣ ਦਾ ਸਰੋਤ ਘਟਣ ਕਰਕੇ ਲੀਵਰ ਇਮਿਊਨਿਟੀ ਨਹੀਂ ਬਣਾ ਪਾਉਂਦਾ, ਐਨਜ਼ਾਈਮ ਨਹੀਂ ਬਣਾ ਪਾਉਂਦਾ। ਜਿਹੜੀ ਚੀਜ਼ ਅਸੀਂ ਖਾਂਦੇ ਪੀਂਦੇ ਹਾਂ, ਖਾਧਾ ਪੀਤਾ ਹਜ਼ਮ ਨਹੀਂ ਹੁੰਦਾ ਔਰ ਉਹਦਾ ਹੌਲੀ 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 ਕਿਤੇ ਨਾ ਕਿਤੇ ਐਨਜ਼ਾਈਮਸ ਨਾ ਬਣਨ ਕਰਕੇ ਵੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਲੀਵਰ ਦੇ ਸ਼ਿਕਾਰ ਹੋ ਰਹੇ ਆ। ਇਸ ਤੋਂ ਇਲਾਵਾ ਜਿਹੜਾ ਸਭ ਤੋਂ ਜ਼ਿਆਦਾ ਅੱਜ ਲੋੜ ਪੈ ਰਹੀ ਹੈ, ਉਹ ਹੈਗੀ ਹੈ ਫੈਟੀ ਲੀਵਰ। ਹਜ਼ਾਰਾਂ ਮਰੀਜ਼ ਅਗਰ ਤੁਸੀਂ 100 ਦੀ ਗਿਣਤੀ ਦੇ ਵਿੱਚ ਕਰੋ ਤਾਂ 70-80% ਲੋਕ ਜਿਹੜੇ ਆ ਫੈਟੀ ਲੀਵਰ ਦੇ ਸ਼ਿਕਾਰ ਨੇ। ਫੈਟੀ ਲੀਵਰ ਕਾਰਨ ਹੌਲੀ ਹੌਲੀ ਐਨਜ਼ਾਈਮ ਨਹੀਂ ਬਣਦੇ, ਖਾਧਾ ਪੀਤਾ ਤੱਤ ਨਹੀਂ ਲੱਗਦਾ, ਜਿਹੜੀ ਚੀਜ਼ ਅਸੀਂ ਖਾਂਦੇ ਹਾਂ ਉਹਦੀ ਖੁਰਾਕ ਦਾ ਸਰੋਤ ਨਹੀਂ ਸਰੀਰ ਨੂੰ ਮਿਲਦਾ। ਜਦੋਂ ਤੱਕ ਲੀਵਰ ਫੈਟੀ ਨਹੀਂ ਠੀਕ ਹੁੰਦਾ, ਉਨ੍ਹਾਂ ਚਿਰ ਕੋਈ ਵੀ ਖਾਧੀ ਪੀਤੀ ਖੁਰਾਕ ਤੁਹਾਡੇ ਸਰੀਰ ਨੂੰ ਬਲ ਨਹੀਂ ਵੱਧਦਾ, ਤਾਕਤ ਨਹੀਂ ਵੱਧਦੀ, ਇਮਿਊਨਿਟੀ ਨਹੀਂ ਵੱਧਦੀ। ਫੈਟੀ ਲੀਵਰ ਦੀ ਅਗਰ 100 ਬੰਦਿਆਂ ਦੇ ਵਿੱਚੋਂ ਆਪਾਂ ਟੈਸਟ ਕਰਾਈਏ ਤਾਂ ਹਿੰਦੁਸਤਾਨ ਦੇ ਵਿੱਚ ਇੰਨੀ ਮਦਾਦ ਦੇ ਵਿੱਚ ਲੋਕ ਫੈਟੀ ਲੀਵਰ ਦੇ ਸ਼ਿਕਾਰ ਹੋ ਰਹੇ ਹੈ। 100 ਦੇ ਵਿੱਚੋਂ 70-80% ਲੋਕਾਂ ਨੂੰ ਫੈਟੀ ਲੀਵਰ ਹੈ, ਜਿਹਦੇ ਕਰਕੇ ਸੋਰਾਈਸਿਸ ਹੋ ਰਿਹਾ ਹੈ ਔਰ ਪਹਿਲਾ ਕੈਂਸਰ ਦੀ ਸਟੇਜ ਜਿਹੜੀ ਹੈ ਉਹ ਫੈਟੀ ਲੀਵਰ ਤੋਂ ਸ਼ੁਰੂ ਹੁੰਦੀ ਹੈ। ਸੋ ਇਹ ਸਾਰੇ ਆਯੁਰਵੈਦਿਕ ਫੂਡ ਪ੍ਰੋਡਕਟ ਨੇ ਔਰ 100% ਆਯੁਰਵੈਦਿਕ ਜੜੀਆਂ ਬੂਟੀਆਂ ਤੋਂ ਅਸੀਂ ਇਹਨਾਂ ਨੂੰ ਬਣਾਉਂਦੇ ਹਾਂ। ਇਹਦੇ ਨਾਲ ਜਿਹੜਾ ਸਭ ਤੋਂ ਅਲੱਗ ਗੱਲ ਹੈ ਕਿ ਅੱਜ ਲੋਕਾਂ ਨੂੰ ਐਨਜ਼ਾਈਮਸ ਦੇ ਨਾਲ ਨਾਲ ਵੱਡੀ ਪ੍ਰੋਬਲਮ ਹੋ ਰਹੀ ਹੈ, ਉਹ ਹੈਗੀ ਹੈ ਕਿ ਜਿਹੜੀ ਚੀਜ਼ ਅਸੀਂ ਖਾਂਦੇ ਹਾਂ, ਚਾਹ ਪੀਂਦੇ ਹਾਂ, ਖੱਟੇ ਮਿੱਠੇ ਡਕਾਰ ਨੇ, ਜਲਣ ਹੋ ਰਹੀ ਹੈ ਔਰ ਬਹੁਤ ਸਾਰੇ ਲੋਕ ਜਲਣ ਦੀਆਂ ਦਵਾਈਆਂ ਲੈ ਰਹੇ ਆ, ਐਂਟਾਸਿਡ ਖਾਂਦੇ ਆ, ਕੌਂਸਟੀਪੇਸ਼ਨ ਦੀ ਪ੍ਰੋਬਲਮ ਹੈ। 60-70% ਲੋਕ ਰਾਤ ਨੂੰ ਗੋਲੀ ਲੈਂਦੇ, ਕੋਈ ਐਨਜ਼ਾਈਮ ਲੈਂਦੇ ਆ, ਕੋਈ ਚੂਰਨ ਖਾ ਰਿਹਾ, ਕੋਈ ਖੱਟਾ ਮਿੱਠਾ ਚੂਰਨ ਖਾ ਰਿਹਾ, ਜਿਹਦੇ ਕਰਕੇ ਕਬਜ਼ ਲੋਕਾਂ ਨੂੰ ਠੀਕ ਹੁੰਦੀ ਹੈ। ਇਹ ਪਹਿਲਾ ਪ੍ਰੋਡਕਟ ਹੈ ਜਿਹੜਾ ਲੀਵਸ ਤੋਂ ਬਣਦਾ, ਪੱਤਿਆਂ ਤੋਂ ਬਣਦਾ। ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੈ ਵਿਥਰਡ ਇੰਗਲੈਂਡ ਦੀ, ਉਹਦਾ ਅਸੀਂ ਕਾਫੀ ਟਾਈਮ ਜੋਬ ਵਰਕ ਕੀਤਾ ਔਰ ਉਹਦੇ ਤੋਂ ਸੇਧ ਲੈ ਕੇ ਅਸੀਂ ਲੀਵਸ ਤੋਂ ਟੀ ਬਣਾਉਂਦੇ ਹਾਂ, ਜਿਹੜੀ ਗ੍ਰੀਨ ਟੀ ਹੈ ਔਰ ਇਹਦਾ
ਸਰੋਤ ਇੰਨਾ ਕੁ ਤੁਹਾਡੀ ਇਮਿਊਨਿਟੀ ਵਧਾਉਂਦਾ, ਤੁਹਾਡੇ ਬਲੱਡ ਨੂੰ ਪਿਊਰੀਫਾਈ ਕਰਦਾ, ਐਨਜ਼ਾਈਮਸ ਰੱਖਦਾ, ਤੁਹਾਡੇ ਗੁੱਡ ਕੋਲੇਸਟ੍ਰੋਲ ਨੂੰ ਵਧਾਉਂਦਾ ਅਤੇ ਬੈਡ ਕੋਲੇਸਟ੍ਰੋਲ ਜਿਹੜੇ ਆ ਉਹ ਡਿਸਟਰੋਏ ਕਰਦਾ ਜੀ। ਔਰ ਇਹ ਜਿਹੜੇ ਲੋਕ ਯੂਜ਼ ਕਰ ਰਹੇ ਆ ਕਾਫੀ ਮਾਤਰਾ ਦੇ ਵਿੱਚ ਜਿਨ੍ਹਾਂ ਨੇ ਇੱਥੇ ਯੂਜ਼ ਕੀਤਾ ਉਹਨਾਂ ਨੇ ਇਹ ਸਾਡਾ ਪ੍ਰੋਗਰਾਮ ਰਖਾਇਆ ਤਾਂ ਕਿ ਹੋਰ ਵੀ ਲੋਕਾਂ ਤੱਕ ਅਸੀਂ ਇਸ ਪ੍ਰੋਗਰਾਮ ਨੂੰ ਲੈ ਸਕੀਏ, ਪ੍ਰੋਡਕਟ ਲੋਕਾਂ ਤੱਕ ਪਹੁੰਚਣ, ਆਯੁਰਵੇਦ ਦਾ ਨਾਮ ਉੱਚਾ ਹੋਵੇ, ਹਿੰਦੁਸਤਾਨ ਦੀ ਸੰਸਕ੍ਰਿਤੀ ਆਯੁਰਵੇਦਿਕ, ਔਰ ਲੋਕ ਹੌਲੀ ਹੌਲੀ ਆਯੁਰਵੇਦ ਤੋਂ ਦੂਰ ਹਟ ਰਹੇ ਆ। ਕਿਉਂਕਿ ਜਿਹੜਾ ਬੰਦਾ ਅੱਜ ਕੋਈ ਵੀ ਦਵਾਈ ਖਾ ਰਿਹਾ ਤਾਂ ਉਹ ਲਗਾਤਾਰ 15 ਸਾਲ 20 ਸਾਲ 25 ਸਾਲ ਦਵਾਈਆਂ ਖਾ ਰਿਹਾ ਔਰ ਲਗਾਤਾਰ ਦਵਾਈਆਂ ਖਾ ਰਿਹਾ, ਤਾਂ ਕੋਸ਼ਿਸ਼ ਹੈ ਕਿ ਲੋਕਾਂ ਨੂੰ ਅੱਛੀ ਸਿਹਤ ਮਿਲੇ, ਤੰਦਰੁਸਤ ਲੋਕ ਹੋਣ, ਬਿਮਾਰੀਆਂ ਤੋਂ ਬਚਣ, ਲੋਕਾਂ ਦਾ ਪੈਸਾ ਡਰੇਨ ਹੋਣ ਤੋਂ ਬਚੇ, ਔਰ ਜ਼ਿਆਦਾਤਰ ਕੋਸ਼ਿਸ਼ ਕੀਤੀ ਜਾ ਰਹੀ ਕਿ ਲੋਕ ਆਯੁਰਵੇਦਿਕ ਦੇ ਨਾਲ ਜੁੜਨ ਜੀ। ਇੱਕ ਅਸੀਂ ਆਹ ਪ੍ਰੋਡਕਟ ਛੋਟੇ ਬੱਚਿਆਂ ਵਾਸਤੇ ਔਰ ਖਾਸ ਕਰਕੇ 10,000 ਤੋਂ ਜ਼ਿਆਦਾ ਬੱਚੇ ਅਸੀਂ ਅਡੋਪਟ ਕੀਤੇ ਹੈ ਛੋਟੇ ਬੱਚਿਆਂ ਦੀ ਇਮਿਊਨਿਟੀ ਵਾਸਤੇ। ਅੱਜ ਛੋਟੇ ਬੱਚਿਆਂ ਕੋਲ ਖੁਰਾਕ ਹੈ ਨਹੀਂ, ਲੇਡੀਜ਼ ਕੋਲ ਆਪਣੀ ਫੀਡ ਹੈ ਨਹੀਂ, ਕਿਉਂਕਿ ਲੇਡੀਜ਼ ਦੀ ਖੁਰਾਕ ਘੱਟ ਹੋਣ ਕਰਕੇ ਬਹੁਤ ਸਾਰੇ ਮਦਰ ਫੀਡ ਤੋਂ ਬੱਚੇ ਰਹਿ ਜਾਂਦੇ ਆ, ਗਰੋਥ ਘੱਟ ਰਹੀ ਹੈ ਬੱਚਿਆਂ ਦੀ, ਹੀਟ ਵੱਧ ਰਹੀ ਹੈ ਬੱਚਿਆਂ ਦੇ ਅੰਦਰ, ਔਰ ਸਭ ਤੋਂ ਵੱਡੀ ਗੱਲ ਹੈ ਕਿ ਛੋਟੇ ਬੱਚੇ ਕਮਜ਼ੋਰ ਹੋ ਰਹੇ ਆ। ਇਹ ਪ੍ਰੋਡਕਟ ਜਿਹੜਾ ਇਹ ਅਸੀਂ ਤਕਰੀਬਨ ਕੋਈ ਮੋਹਾਲੀ ਚੰਡੀਗੜ੍ਹ ਦੇ ਏਰੀਆ ਦੇ ਵਿੱਚ 10,000 ਬੱਚਿਆਂ ਨੂੰ ਇਹ ਪ੍ਰੋਡਕਟ ਅਸੀਂ ਫ੍ਰੀ ਦੇਣਾ। ਉਹਨਾਂ ਬੱਚਿਆਂ ਦੀ ਜਦੋਂ ਸਿਹਤ ਬਣਨੀ ਹੈ, ਤੰਦਰੁਸਤ ਹੋਣਾ ਹੈਗਾ, ਉਹਨਾਂ ਨੂੰ ਦੇਖੋ ਦੇਖ ਲੋਕਾਂ ਨੂੰ ਪਤਾ ਲੱਗਣਾ ਕਿ ਇਮਿਊਨਿਟੀ ਕਿਵੇਂ ਵਧਾਈ ਜਾ ਸਕਦੀ ਹੈ। ਛੋਟੇ ਛੋਟੇ ਬੱਚੇ ਦੂਜੇ ਤੀਜੇ ਸਾਲ ਤੋਂ ਹੀ ਬਿਮਾਰੀਆਂ ਦੇ ਨਾਲ ਲੱਗੇ ਸਟੀਰੋਇਡਸ ਦਵਾਈਆਂ ਜਾਂ ਕੋਈ ਇਹੋ ਜਿਹੀ ਦਵਾਈਆਂ ਲੈਂਦੇ ਆ ਜਿਹਨੂੰ ਰੈਗੂਲਰ ਦਵਾਈਆਂ ਖਾ ਕੇ ਲੋਕ ਕੋਈ ਨਾ ਕੋਈ ਇਸ ਤਰ੍ਹਾਂ ਦੀ ਉਹਨਾਂ ਦੀ ਇਮਿਊਨਿਟੀ ਕਮਜ਼ੋਰ ਹੋ ਚੁੱਕੀ ਵੀ ਨਜ਼ਲਾ ਲੱਗ ਗਿਆ ਤਾਂ ਸਾਰੇ ਪਰਿਵਾਰ ਨੂੰ ਨਜ਼ਲਾ। ਛੋਟਾ ਬੱਚਾ ਇੱਕ ਵਾਰ ਬਿਮਾਰ ਹੋ ਗਿਆ ਤਾਂ ਹਰ ਸਾਲ ਬਿਮਾਰ ਹੋ ਰਿਹਾ, ਟਾਈਫਾਇਡ ਵੱਧ ਰਿਹਾ, ਮਲੇਰੀਆ ਹੋ ਰਿਹਾ, ਡੇਂਗੂ ਹੋ ਰਿਹਾ, ਹਜ਼ਾਰਾਂ ਬਿਮਾਰੀਆਂ ਦਾ ਸ਼ਿਕਾਰ ਹੋਣ ਦਾ ਕਾਰਨ ਹੈ ਕਿ ਸਿਰਫ ਬੱਚਿਆਂ ਦੀ ਇਮਿਊਨਿਟੀ ਕਮਜ਼ੋਰ ਹੈ, ਖੁਰਾਕ ਦਾ ਸਰੋਤ ਘੱਟ ਗਿਆ। ਅੱਗੇ ਪੁਰਾਣੇ ਖੁਰਾਕ ਬਜ਼ੁਰਗਾਂ ਨੇ ਖਾਧੀ ਹੈ, ਦੇਸੀ ਘਿਓ, ਚੂਰੀਆਂ ਖਾਧੀਆਂ, ਦੁੱਧ ਪੀਤਾ ਦੇਸੀ ਗਾਵਾਂ ਦਾ, ਅੱਜ ਬੱਚੇ ਖਾ ਰਹੇ ਕੁਰਕੁਲੇ ਲੇਜ਼, ਔਰ ਉਹ ਚੀਜ਼ਾਂ ਜਿਹੜੀਆਂ ਨੇ, ਸਭ ਤੋਂ ਵੱਡੀ ਗੱਲ ਕਿ ਬੱਚੇ ਪਾਣੀ ਨਹੀਂ ਪੀਂਦੇ, ਜਿਹਦੇ ਕਰਕੇ ਵੀ ਹਜ਼ਾਰਾਂ ਬੱਚੇ ਬਿਮਾਰ ਹੋ ਰਹੇ ਔਰ ਲਗਾਤਾਰ ਬੱਚੇ ਬਿਮਾਰ ਹੁੰਦੇ ਚਲੇ ਜਾ ਰਹੇ, ਸਿਹਤ ਕਮਜ਼ੋਰ ਹੈ, 3-3, 4-4 ਸਾਲ ਦੇ ਬੱਚਿਆਂ ਨੂੰ ਐਨਕਾਂ ਲੱਗੀਆਂ ਹੋਈਆਂ ਨੇ। ਇਮਿਊਨਿਟੀ ਪੱਖੋਂ ਇਹ ਪ੍ਰੋਡਕਟ ਅਸੀਂ ਬਣਾਉਂਦੇ ਹਾਂ ਔਰ ਕੋਸ਼ਿਸ਼ ਹੈ ਸਾਡੀ ਕਿ ਲੋਕਾਂ ਦੇ ਬੱਚੇ, ਸਾਡੇ ਬੱਚੇ, ਸਾਡੇ ਸਮਾਜ ਦੇ ਬੱਚੇ ਤੰਦਰੁਸਤ ਰਹਿ ਸਕਣ ਜੀ। ਇੱਕ ਪ੍ਰੋਡਕਟ ਅਸੀਂ ਹੋਰ ਜਿਹੜਾ ਇੱਥੇ ਲਾਂਚ ਕਰਨਾ ਹੈਗਾ, ਇਹ ਪ੍ਰੋਡਕਟ ਹੈਗਾ, ਇਹ 'ਚ ਥਾਇਮੀਨ ਅਤੇ B1 ਰੀਐਕਟੀਵੇਟ ਸੈੱਲ ਹੁੰਦੇ ਆ। ਅੱਜ ਦਾ ਬੱਚੇ ਸਾਰੇ ਲੋਕ ਆਪਾਂ ਜਿੰਨੇ ਇੱਥੇ ਪ੍ਰੋਗਰਾਮ 'ਚ ਆਏ ਹਾਂ, ਤੁਸੀਂ ਦੇਖ ਰਹੇ ਹੋ ਕਿ ਸਮਾਜ ਦੇ ਅੰਦਰ ਨਸ਼ੇ ਦੀ ਮਾਤਰਾ ਬਹੁਤ ਵੱਡੀ ਤਾਦਾਦ ਦੇ ਵਿੱਚ ਵੱਧ ਰਹੀ ਹੈ। ਲੋਕ ਕਿਸੇ ਨਾ ਕਿਸੇ ਚੀਜ਼ ਦੀ ਐਡਿਕਸ਼ਨ ਵਾਲੇ ਪਾਸੇ ਨੂੰ ਜਾ ਰਹੇ ਹੈ ਔਰ ਮਾਨਸਿਕ ਤੌਰ 'ਤੇ ਸਾਡੇ ਬੱਚੇ ਪਰੇਸ਼ਾਨ। ਅੱਜ 20 ਸਾਲ ਦਾ ਲੜਕਾ ਚਾਹੇ ਉਹ ਕਿਸੇ ਤਰ੍ਹਾਂ ਦੀ ਡਰੱਗ ਲੈ ਰਿਹਾ ਔਰ ਡਰੱਗ ਦੇ ਵਿੱਚ ਉਹ ਹੀਰੋਇਨ ਹੋ ਸਕਦੀ ਹੈ, ਸਮੈਕ ਹੋ ਸਕਦੀ ਹੈ, ਪੋਸਟ ਹੋ ਸਕਦਾ, ਅਫੀਮ ਹੋ ਸਕਦੀ ਹੈ, ਚਿੱਟੇ ਦੀ ਮਾਤਰਾ ਹੋ ਸਕਦੀ ਹੈ। ਹਜ਼ਾਰਾਂ ਲੋਕ ਬੱਚੇ ਨਸ਼ੇ ਦੇ ਗੁਲਤਾਨ ਹੋ ਰਹੇ ਆ। ਇਹ 'ਚ ਥਾਇਮੀਨ ਰੀਐਕਟੀਵੇਟ ਸੈੱਲ ਹੁੰਦਾ ਜਿਹੜਾ ਬੱਚੇ ਨਸ਼ਾ ਕਰਦੇ ਆ ਉਹਨਾਂ ਨੂੰ ਛੁਡਾਉਣ ਵਾਸਤੇ ਕੰਮ ਕਰਦਾ ਔਰ ਘਟੇ ਹੋਏ ਰੀਐਕਟੀਵੇਟ ਸੈੱਲ ਉਹਨਾਂ ਦੇ ਪੂਰੇ ਕਰਦਾ। ਜਿਹੜੇ ਮਰੀਜ਼ ਆਪ ਨਸ਼ਾ ਛੱਡਣਾ ਚਾਹੁੰਦੇ ਆ, ਕੋਸ਼ਿਸ਼ ਹੈ ਵੀ ਸਾਡਾ ਨੈਕਸਟ ਕੈਂਪ ਲੱਗ ਰਿਹਾ ਹੈਗਾ ਭਾਗੂ ਮਾਜਰੇ ਜਿੱਥੇ ਬ੍ਰਾਂਚ ਅਸੀਂ ਬਣਾਈ ਹੈ, ਅਤੇ ਤੁਹਾਡੇ ਜ਼ਰੀਏ ਵੀ ਮੈਂ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਉੱਥੇ ਜਿੰਨੇ ਲੋਕ ਤੁਹਾਡੇ ਸਮਾਜ ਦੇ ਵਿੱਚ ਕੋਈ ਨਸ਼ਾ ਕਰਦਾ, ਕਿਸੇ ਦਾ ਦੋਸਤ ਮਿੱਤਰ, ਕੋਈ ਗੁਆਂਢੀ ਨਸ਼ਾ ਕਰਦਾ, ਕੋਈ ਪੜੋਸੀ ਨਸ਼ਾ ਕਰਦਾ, ਕਿਸੇ ਦਾ ਕੋਈ ਰਿਸ਼ਤੇਦਾਰ ਨਸ਼ਾ ਕਰਦਾ, ਤਾਂ ਉਹ ਵੀ ਇਸ ਕੈਂਪ ਦੇ ਵਿੱਚ ਆ ਸਕਦੇ ਆ ਔਰ ਇਸ ਚੀਜ਼ ਦਾ ਲਾਹਾ ਲੈ ਸਕਦੇ ਆ। ਇਹ ਪ੍ਰੋਡਕਟ ਜਿਹੜਾ ਜਿਹੜੇ ਬੰਦੇ ਨਸ਼ਾ ਕਰਦੇ ਆ, ਚਾਹੇ ਸ਼ਰਾਬ ਤੋਂ ਆਪਾਂ ਉਦਾਹਰਣ ਲੈਂਦੇ ਵੀ ਸ਼ਰਾਬ ਦਾ ਪਹਿਲਾ ਪੈਗ ਪੀਂਦਾ ਬੰਦਾ, ਪਹਿਲੇ ਦਿਨ 30 ML ਪੀਂਦਾ ਅਤੇ ਹੌਲੀ ਹੌਲੀ 750 ML ਪੀਣ ਲੱਗ ਜਾਂਦਾ। ਜਿਵੇਂ ਜਿਵੇਂ ਨਸ਼ੇ ਦੀ ਮਾਤਰਾ ਵੱਧਦੀ ਉਹਦੇ ਥਾਇਮੀਨ B1 ਸੈੱਲ ਘੱਟਦੇ ਆ ਅਤੇ ਰੀਐਕਟੀਵੇਟ ਸੈੱਲ ਘੱਟਦੇ ਆ। ਇਸ ਪ੍ਰੋਡਕਟ ਦੇ ਨਾਲ ਰੀਐਕਟੀਵੇਟ ਸੈੱਲ ਪੂਰੇ ਹੋ ਜਾਂਦੇ ਆ, ਥਾਇਮੀਨ ਪੂਰਾ ਹੋ ਜਾਂਦਾ, ਜਿਹਦੇ ਨਾਲ ਬੜੀ ਆਸਾਨੀ ਨਾਲ ਬੰਦਾ ਨਸ਼ਾ ਛੱਡਦਾ। ਪਰ ਸ਼ਰਤ ਇੱਕ ਹੋਣੀ ਚਾਹੀਦੀ ਹੈ ਕਿ ਪੇਸ਼ੈਂਟ ਆਪ ਨਸ਼ਾ ਛੱਡਣ ਲਈ ਤਿਆਰ ਹੋ। ਇਹ ਮੈਡੀਸਨ ਚੋਰੀ ਨਹੀਂ ਦਿੱਤੀ ਜਾਂਦੀ, ਦਹੀਂ ਦੁੱਧ 'ਚ ਨਹੀਂ ਪਾ ਕੇ ਦੇ ਸਕਦੇ, ਆਪਾਂ ਪੇਸ਼ੈਂਟ ਨੂੰ ਚੋਰੀ ਨਹੀਂ ਦੇ ਸਕਦੇ, ਪਰ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਤਾਂ ਉਹ ਬੜੀ ਆਸਾਨੀ ਨਾਲ ਨਸ਼ਾ ਛੱਡ ਸਕਦਾ। ਇਹ ਪ੍ਰੋਡਕਟ ਹਾਂਜੀ ਆਯੁਰਵੇਦਿਕ ਪ੍ਰੋਡਕਟ ਨੇ ਔਰ ਡਾਕਟਰ ਇਹਨੂੰ ਪ੍ਰਿਸਕ੍ਰਾਈਬ ਕਰਦੇ ਆ, ਆਪਣੀ ਮਰਜ਼ੀ ਨਾਲ ਵੀ ਆਪਾਂ ਲੈ ਸਕਦੇ ਹਾਂ। ਪਰ ਕੋਈ ਵੀ ਮੈਡੀਸਨ ਲੈਣ ਤੋਂ ਪਹਿਲਾਂ ਤੁਸੀਂ ਸਾਡੇ ਸਟੋਰ 'ਤੇ BMS ਡਾਕਟਰ, ਸਾਡੇ ਕੋਲ ਕਾਫੀ ਵੱਡੀ ਟੀਮ ਹੈ, ਉਹਨਾਂ ਤੋਂ ਅਗਰ ਤੁਸੀਂ ਪ੍ਰਿਸਕ੍ਰਾਈਬ ਕਰਕੇ ਮੈਡੀਸਨ ਲੈਂਦੇ ਹੋ ਤਾਂ ਜ਼ਿਆਦਾ ਬੈਟਰ ਹੈ। ਸਰ ਆਮ ਬਾਜ਼ਾਰ ਨਾਲੋਂ ਬਹੁਤ ਨੋਰਮਲ ਹੈ। ਅੱਜ ਤੁਸੀਂ ਅਗਰ ਲੀਵਰ ਦੀਆਂ ਦਵਾਈਆਂ ਦੇਖੋ ਤਾਂ ਲੋਕ ਮੇਰਾ ਖਿਆਲ ਫੈਟੀ ਲੀਵਰ ਦੀ ਦਵਾਈ ਲਗਾਤਾਰ 5-5, 7-7, 10-10 ਸਾਲ ਤੋਂ ਖਾ ਰਹੇ ਹੈ। ਮੈਂ ਤੁਹਾਡੇ ਜ਼ਰੀਏ ਨਾਲ ਦੱਸਣੀ ਚਾਹੁੰਦਾ ਗੱਲ ਕਿ
ਜਿਹੜਾ ਪ੍ਰੋਡਕਟ ਅਸੀਂ ਆ ਮਹਾਰਾਜਾ ਸ਼ਾਹੀ ਸ਼ਰਬਤ ਬਣਾਉਂਦੇ ਹਾਂ, ਅੱਜ ਤੁਸੀਂ SGOTPD ਦਾ ਟੈਸਟ ਕਰਾਓ, ਫੈਟੀ ਲੀਵਰ ਟੈਸਟ ਕਰਾਓ, ਅਤੇ 2 ਮਹੀਨੇ ਬਾਅਦ ਤੁਸੀਂ ਦੁਬਾਰਾ ਟੈਸਟ ਕਰਾਓ। ਔਰ ਕੰਪਨੀ ਇੱਥੇ ਤੱਕ ਲੋਕਾਂ ਨੂੰ ਦੱਸਣਾ ਚਾਹੁੰਦੀ ਹੈ ਕਿ ਜਿਹੜੇ ਬੰਦਿਆਂ ਦਾ ਲੀਵਰ ਠੀਕ ਹੁੰਦਾ ਉਹ ਵੀ ਅੱਗੇ ਦੱਸਣ, ਔਰ ਇੱਕ ਵਾਰ ਯੂਜ਼ ਕਰਕੇ ਦੇਖਣ, ਸਾਰਾ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਣਾ। ਸਰ, ਇਹ ਜਿੰਨੇ ਵੀ ਪ੍ਰੋਡਕਟ ਹੈ ਇਹ ਸਾਰਿਆਂ ਦੀ ਅਲੱਗ ਅਲੱਗ ਡੋਜ਼ ਹੈ। ਲੈਣ ਵਾਸਤੇ ਡਾਕਟਰਸ ਬੈਠੇ ਆ, ਜਿਹੜੇ ਸਾਡੇ ਕੋਲ ਟੀਮ ਕੰਮ ਕਰਦੀ ਹੈ ਉਹ ਦੱਸ ਸਕਦੇ ਆ ਪੇਸ਼ੈਂਟ ਨੂੰ। ਹਾਂਜੀ, ਹਾਂ, ਸਾਰੇ ਪ੍ਰੋਡਕਟ ਤਕਰੀਬਨ ਪਾਣੀ ਨਾਲ ਲੈਣੇ ਆ, ਔਰ ਕੋਈ ਵੀ ਦਵਾਈ ਜੇ ਤੁਸੀਂ ਲੈਣੀ ਹੋ ਤਾਂ ਲੈਣੀ ਪਾਣੀ ਨਾਲ ਚਾਹੀਦੀ ਹੈ, ਕਿਉਂਕਿ ਪਾਣੀ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਤੱਤ ਹੈ, ਔਰ ਤੁਹਾਡੀ ਬਾਡੀ ਦੇ ਵਿੱਚ ਸਭ ਤੋਂ ਜ਼ਿਆਦਾ ਅਗਰ ਘੁਲਣ ਸ਼ਕਤੀ ਕਿਸੇ 'ਚ ਹੈਗੀ ਹੈ ਤਾਂ ਉਹ ਪਾਣੀ 'ਚ ਹੈ ਜੀ। ਸਰ, ਕਿਹਾ ਜਾਂਦਾ ਗਰਮੀਆਂ ਦੇ ਦਿਨਾਂ 'ਚ ਆਯੁਰਵੈਦਿਕ ਦਵਾਈਆਂ ਲੈਣ ਨਾਲ ਤਾਂ ਥੋੜ੍ਹੀ ਮਤਲਬ ਗਰਮੀ ਵੱਧ ਜਾਂਦੀ ਹੈ ਅੰਦਰ? ਦੇਖੋ ਜੀ, ਇਸ ਤਰ੍ਹਾਂ ਵੀ ਤੁਸੀਂ ਦਵਾਈ ਲੈ ਕਿਹੜੀ ਰਹੇ ਹੋ, ਇਹ ਬਹੁਤ ਵਧੀਆ ਸਵਾਲ ਹੈ ਤੁਹਾਡਾ ਕਿ ਗਰਮੀ ਅਤੇ ਸਰਦੀ। ਹੁਣ ਗਰਮੀ 'ਚ ਖਜੂਰਾਂ ਖਾਣ ਵਾਲਾ ਬੰਦਾ, ਖਜੂਰ ਕੁਦਰਤ ਨੇ ਪੈਦਾ ਕੀਤੀ ਹੈ, ਹੁੰਦੀ ਵੀ ਖਜੂਰ ਦੁਬਈ ਦੇ ਵਿੱਚ ਆ ਜਿੱਥੇ ਸਭ ਤੋਂ ਜ਼ਿਆਦਾ ਗਰਮੀ ਹੈ, ਪਰ ਤੁਸੀਂ ਕਿਹੜੀ ਕੰਟਰੀ ਦੇ ਵਿੱਚ ਪੈਦਾ ਹੋਏ ਹੋ, ਕਿਹੜੀ ਕੰਟਰੀ ਦਾ ਫੂਡ ਯੂਜ਼ ਕਰ ਰਹੇ ਹੋ ਅਤੇ ਕਿਹੜਾ ਫੂਡ ਯੂਜ਼ ਕਰ ਰਹੇ ਹੋ, ਉਹਦੇ 'ਤੇ ਸਭ ਤੋਂ ਵੱਡੀ ਗੱਲ ਡਿਪੈਂਡ ਕਰਦੀ। ਚੰਡੀਗੜ੍ਹ ਦੇ ਵਿੱਚ ਸਰ ਇਹ ਦਵਾਈ ਕਿੱਥੇ ਕਿੱਥੇ ਮਿਲੂਗੀ? ਚੰਡੀਗੜ੍ਹ ਸਰ ਹਜੇ ਤਾਂ ਇਹ ਬ੍ਰਾਂਚ ਭਾਗੂ ਮਾਜਰੇ, ਅਸੀਂ ਡਾਕਟਰ JD ਆਯੁਰਵੇਦਾ ਦਾ ਸਟੋਰ ਖੋਲ੍ਹਿਆ ਗਾ, ਇੱਕ ਸਟੋਰ ਹਜੇ ਅਸੀਂ ਚਾਲੂ ਕੀਤਾ ਅੱਜ, ਅਤੇ ਸੱਚੇ ਪਾਤਸ਼ਾਹ ਦੀ ਕਿਰਪਾ ਰਹੀ ਅਤੇ ਕੋਸ਼ਿਸ਼ ਹੈ ਕਿ ਚੰਡੀਗੜ੍ਹ ਦੇ ਹਰ ਸਟੋਰ 'ਤੇ ਪ੍ਰੋਡਕਟ ਮਿਲਣਗੇ। ਔਰ ਬਹੁਤ ਅੱਛਾ, ਅਸੀਂ ਇੱਥੇ ਇੱਕ ਰੀਹੈਬਿਟੇਸ਼ਨ ਸੈਂਟਰ ਬਣਾਉਣ ਜਾ ਰਹੇ ਹਾਂ, ਕਾਉਂਸਲਿੰਗ ਸੈਂਟਰ ਬਣਾਉਣ ਜਾ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਛੋਟੇ ਬੱਚਿਆਂ ਨੂੰ, ਜਿਹੜੇ ਲੋਕ ਅੱਜ ਭਟਕ ਰਹੇ ਹੈ, ਔਰ ਆਯੁਰਵੇਦ ਦੇ ਨਾਮ 'ਤੇ ਵੀ ਬਹੁਤ ਸਾਰੇ ਲੋਕ ਜਿਹੜੇ ਆਯੁਰਵੇਦ ਨੂੰ ਬਦਨਾਮ ਕਰ ਰਹੇ ਹੈ, ਖਾਸ ਕਰਕੇ ਆਯੁਰਵੇਦਿਕ 'ਤੇ ਲੋਕਾਂ ਦਾ ਵਿਸ਼ਵਾਸ ਇਸ ਕਰਕੇ ਉੱਠ ਰਿਹਾ, ਦਵਾਈਆਂ ਮਹਿੰਗੀਆਂ ਨੇ, ਕੋਈ ਸੋਨੇ ਦਾ ਨਾਮ ਲੈ ਰਿਹਾ, ਕੋਈ ਚਾਂਦੀ ਦਾ ਨਾਮ ਲੈ ਰਿਹਾ, ਕੋਈ ਹੀਰਾ ਭਸਮਾ ਦਾ, ਕੋਈ ਕਿਸੇ ਤਰ੍ਹਾਂ ਦਾ ਵੀ ਨਾਮ ਲੈ ਰਿਹਾ। ਉਹਨਾਂ ਤੋਂ ਕੋਸ਼ਿਸ਼ ਹੈ ਕਿ ਲੋਕਾਂ ਦੇ ਬੱਚਿਆਂ ਨੂੰ ਬਚਾਇਆ ਜਾਵੇ, ਕਿਉਂਕਿ ਸਮਾਜ ਦਾ ਹਿੱਸਾ ਨੇ। ਇਸ ਕਰਕੇ ਸਾਡੀ ਅਵੇਅਰਨੈਸ ਸਭ ਤੋਂ ਵੱਡੀ ਇਹ ਗੱਲ ਹੈ ਕਿ ਲੋਕ ਅੱਜ, ਚਾਹੇ ਕੋਈ ਸੈਕਸ ਦੇ ਨਾਮ 'ਤੇ ਹੈ, ਚਾਹੇ ਕੋਈ ਇਮਿਊਨਿਟੀ ਦੇ ਨਾਮ 'ਤੇ, ਔਰ ਸਭ ਤੋਂ ਜ਼ਿਆਦਾ ਲੋੜ ਹੈ ਜੋ ਛੋਟੇ ਬੱਚਿਆਂ ਨੂੰ ਸੈਕਸ ਐਜੂਕੇਸ਼ਨ ਦੀ, ਤਾਂ ਕਿ ਸਾਡੇ ਬੱਚਿਆਂ ਦਾ ਕਰੈਕਟਰ ਉੱਚਾ ਹੋ ਸਕੇ। ਕਰੈਕਟਰ ਉੱਚਾ ਤਾਂ ਰਹੂਗਾ ਜੇ ਅਸੀਂ ਸਿਹਤਮੰਦ ਹੋਵਾਂਗੇ, ਸਾਨੂੰ ਪਤਾ ਹੋਊਗਾ ਕਿ ਅਸੀਂ ਕਿਹੜੀਆਂ ਚੀਜ਼ਾਂ ਸੰਭਾਲਣੀਆਂ ਅਤੇ ਕਿਹੜੀਆਂ ਨਹੀਂ ਸੰਭਾਲਣੀਆਂ। ਚੰਡੀਗੜ੍ਹ ਦੇ ਵਿੱਚ ਫਿਰ ਵੀ ਕੋਈ ਐਗਜੈਕਟਲੀ ਐਡਰੈਸ ਬਤਾ ਦਿਓ ਸਾਡੇ ਦਰਸ਼ਕਾਂ ਨੂੰ? ਮੇਨ ਐਡਰੈਸ ਤਾਂ ਸਾਡਾ ਮੋਹਾਲੀ ਤੋਂ 10 ਕਿਲੋਮੀਟਰ, ਜਿਹੜਾ 110 ਸੈਕਟਰ ਦੇ ਵਿੱਚ ਬਨੂੜ ਰੋਡ ਦੇ ਉੱਤੇ ਭਾਗੂ ਮਾਜਰਾ ਹੈਗਾ ਜੀ, ਉੱਥੇ ਮਿਹਨਤੀ ਅਸੀਂ ਡਾਕਟਰ JD ਆਯੁਰਵੇਦਾ ਦਾ ਸਟੋਰ ਬਣਾਇਆ, ਔਰ ਬਾਕੀ ਲੋਕੇਸ਼ਨ ਸਾਡੀ ਗੂਗਲ 'ਤੇ ਹੈਗੀ ਹੈ, ਸਾਰੀਆਂ ਲੋਕੇਸ਼ਨਸ ਡਾਕਟਰ JD ਆਯੁਰਵੇਦਿਆਂ ਦਾ ਤੁਸੀਂ ਦੇਖ ਸਕਦੇ ਹੋ। ਧੰਨਵਾਦ।